ਸਾਫ ਤੌਰ ਤੇ ਇੱਕ ਚੋਣਾਂ ਹੀ ਹੁੰਦੀਆਂ ਜਿਹਦੇ 'ਚ ਇੱਕ ਦੂਸਰਿਆਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਅਸੀਂ ਹਰਾ ਦਿਆਂਗੇ, ਪਰ ਚੋਣਾਂ ਸਿਰ ਤੇ ਸੀ, ਅੰਦੋਲਨ ਵਿੱਢੇ ਗਏ, ਪਰ ਬੀਜੇਪੀ ਨੇ ਉਸ ਅੰਦੋਲਨ ਦੀ ਅਣਦੇਖੀ ਸਾਫ ਤੌਰ ਤੇ ਕੇਂਦਰ ਸਰਕਾਰ ਨੇ ਕਰਤੀ। ਦੇਖੋ, ਸਾਡਾ ਕੋਲ ਤਾਂ ਸਭ ਤੋਂ ਵੱਡਾ ਹਥਿਆਰ ਆ ਵੋਟ, ਸੋ ਅਸੀਂ ਹੁਣ ਵੋਟ ਦੀ ਚੋਟ ਮਾਰਾਂਗੇ। ਦੂਸਰੀ ਸਾਡੀ ਲੜਾਈ ਹੈ ਵੀ ਸਾਡੇ 750 ਸ਼ਹੀਦ ਉੱਥੇ ਹੋਏ ਆ, ਫਿਰ ਸ਼ੁਭਕਰਨ ਸ਼ਹੀਦ ਹੋਇਆ ਜਾਂ ਹੋਰ ਸਾਡੇ ਕਿੰਨੇ ਕਿਸਾਨ ਜ਼ਖਮੀ ਹੋਏ, ਅਤੇ ਸਾਡੀ ਅੱਜ ਵੀ ਜਿਹੜੀ ਦਸ਼ਾ ਹੈ ਕਿਸਾਨ ਦੀ, ਉਹ ਜਿਉਂ ਦੀ ਤਿਉਂ ਹੈ। ਜਦੋਂ ਆਪਾਂ ਘਰ ਤੋਂ ਬਾਹਰ ਨਿਕਲਦੇ ਹਾਂ ਨਾ, ਉਦੋਂ ਫਿਰ ਤੁਹਾਡੇ 'ਤੇ ਅਫਵਾਹਾਂ ਤੌਮਤਾਂ ਬੜਾ ਕੁਛ ਲੱਗਦਾ ਜੀ। ਇਹ ਬੜੇ ਲੀਡਰਾਂ ਦੇ ਪੋਸਟਰ ਬਣਾ ਬਣਾ, ਦੇਖੋ ਕਰਨਾ ਕੀ ਹੈ, ਇੱਕ ਪਾਸੇ ਫੋਟੋ ਲਾਈ, ਦੂਜੇ ਪਾਸੇ ਝੰਡਾ ਲਾ ਕੇ ਅਤੇ ਉਹ ਪੋਸਟਰ ਰਿਲੀਜ਼ ਕਰਤਾ, ਅਫਵਾਹ ਫੈਲਾਤੀ। ਐਸ ਕੇ ਨੇ ਇੱਕ ਬੜੀ ਅਹਿਮ ਮੀਟਿੰਗ ਕੀਤੀ ਹੈ ਕਿਉਂਕਿ ਚੋਣਾਂ ਸਿਰ 'ਤੇ ਆ ਗਈਆਂ ਨੇ, ਅਤੇ ਐਸੇ ਮਾਹੌਲ ਦੇ ਵਿੱਚ ਬੀਜੇਪੀ, ਕਿਉਂਕਿ ਬੀਜੇਪੀ ਦੇ ਖਿਲਾਫ ਲੰਬੇ ਸੰਘਰਸ਼ 'ਤੇ ਨੇ ਕਿਸਾਨ ਜਥੇਬੰਦੀਆਂ, ਤਾਂ ਬੀਜੇਪੀ ਦੇ ਨਾਲ ਕਿਵੇਂ ਮੱਥਾ ਲਾਉਣਾ, ਕਿਵੇਂ ਚੋਣਾਂ ਦੇ ਵਿੱਚ ਬੀਜੇਪੀ ਦੀ ਚੋਣਾਵੀ ਰਣਨੀਤੀ ਅਤੇ ਕਿਸਾਨ ਨੀਤੀ ਭਾਰੀ ਪਾਉਣੀ ਆ, ਉਹਨੂੰ ਲੈ ਕੇ ਬੜੀ ਮਹੱਤਵਪੂਰਨ ਮੀਟਿੰਗ ਹੋਈ ਹੈ। ਰਵਨੀਤ ਬਰਾੜ ਸਾਡੇ ਨਾਲ ਨੇ। ਬਰਾੜ ਸਾਹਿਬ, ਕੀ ਫੈਸਲੇ ਹੋਏ, ਔਰ ਸਾਫ ਤੌਰ 'ਤੇ ਇੱਕ ਚੋਣਾਂ ਹੀ ਹੁੰਦੀਆਂ ਜਿਹਦੇ 'ਚ ਇੱਕ ਦੂਸਰਿਆਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਈ ਅਸੀਂ ਹਰਾ ਦਿਆਂਗੇ, ਪਰ ਚੋਣਾਂ ਸਿਰ 'ਤੇ ਸੀ, ਅੰਦੋਲਨ ਵਿੱਢੇ ਗਏ, ਪਰ ਬੀਜੇਪੀ ਨੇ ਉਸ ਅੰਦੋਲਨ ਦੀ ਅਣਦੇਖੀ ਸਾਫ ਤੌਰ 'ਤੇ ਕੇਂਦਰ ਸਰਕਾਰ ਨੇ ਕਰਤੀ ਕਿ ਤੁਹਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ। ਹੁਣ ਐਸੇ ਹਾਲਾਤਾਂ ਦੇ ਵਿੱਚ ਜਿਹੜਾ ਇੱਕ ਵੋਟਰ ਕੋਲੇ ਜਾਂ ਜਥੇਬੰਦੀਆਂ ਦੇ ਕੋਲੇ ਹਥਿਆਰ ਹੁੰਦਾ, ਉਹ ਹਥਿਆਰ ਦੀ ਵਰਤੋਂ ਕਿਵੇਂ ਕਰਨੀ ਹੈ? ਦੇਖੋ, ਸਾਡਾ ਕੋਲ ਤਾਂ ਸਭ ਤੋਂ ਵੱਡਾ ਹਥਿਆਰ ਆ ਵੋਟ, ਸੋ ਅਸੀਂ ਹੁਣ ਵੋਟ ਦੀ ਚੋਟ ਮਾਰਾਂਗੇ। ਦੂਸਰੀ ਗੱਲ ਇਹ ਹੈ ਵੀ ਸਾਡਾ ਜਿਹੜਾ ਇੱਕ 9 ਤਰੀਕ ਨੂੰ 5 ਮੈਂਬਰੀ ਕਮੇਟੀ ਬਣੀ ਹੈ, ਉਹ ਇੱਕ ਫਲਰਾ ਤਿਆਰ ਕਰੂਗੀ ਜਿਹਦੇ ਵਿੱਚ ਇੱਕ ਪੈਂਫਲਟ ਬਣਨਗੇ ਅਤੇ ਪਿੰਡਾਂ ਦੇ ਵਿੱਚ ਬੋਰਡ ਬਣਨਗੇ, ਉਹ ਅਸੀਂ ਪਿੰਡਾਂ ਦੇ ਬਾਹਰ ਬੋਰਡ ਲੱਗਣਗੇ ਅਤੇ ਪਿੰਡਾਂ ਦੇ ਵਿੱਚ ਪੈਂਫਲਟ ਵੰਡੇ ਜਾਣੇ ਆ, ਤਾਂ ਕਿ ਜੇ ਕੋਈ ਬੀਜੇਪੀ ਵਾਲਿਆ ਆਉਂਦਾ, ਦੇਖੋ ਸਾਡਾ ਅਸੀਂ ਸਿੰਬੋਲਿਕ ਵਿਰੋਧ ਕਰਾਂਗੇ ਉਹਨਾਂ ਦਾ, ਸਾਡੀ ਕੋਈ ਸਾਡੀ ਮੁੱਦਿਆਂ ਦੀ ਲੜਾਈ ਹੈ, ਸਾਡੀ ਆਰਥਿਕ ਲੜਾਈ ਹੈ। ਦੂਸਰੀ ਸਾਡੀ ਲੜਾਈ ਹੈ ਵੀ ਸਾਡੇ 750 ਸ਼ਹੀਦ ਉੱਥੇ ਹੋਏ ਆ, ਫਿਰ ਸ਼ੁਭਕਰਨ ਸ਼ਹੀਦ ਹੋਇਆ ਜਾਂ ਹੋਰ ਸਾਡੇ ਕਿੰਨੇ ਕਿਸਾਨ ਜ਼ਖਮੀ ਹੋਏ, ਅਤੇ ਸਾਡੀ ਅੱਜ ਵੀ ਜਿਹੜੀ ਦਸ਼ਾ ਹੈ ਕਿਸਾਨ ਦੀ, ਉਹ ਜਿਉਂ ਦੀ ਤਿਉਂ ਹੈ। ਅੱਛਾ, ਬੀਜੇਪੀ ਦਾ ਤੁਸੀਂ ਕਹਿੰਦੇ ਕਿ ਵਿਰੋਧ ਕਰਨਾ, ਅਤੇ ਫਿਰ ਨਾਲ ਕਿਹਦੇ ਖੜਨਾ ਹੈ? ਕੋਈ ਇਹਨੂੰ ਲੈ ਕੇ ਵੀ ਰਣਨੀਤੀ ਤਿਆਰ ਕੀਤੀ ਗਈ ਹੈ, ਇੱਕ ਨਾਰਾ ਵੀ ਤੁਸੀਂ ਸ਼ਾਇਦ ਦਿੱਤਾ? ਨਹੀਂ, ਦੇਖੋ ਅਸੀਂ ਕਿਸੇ ਦੇ ਨਾਲ ਖੜਨ ਦੀ ਨਹੀਂ ਗੱਲ ਕਰ ਰਹੇ, ਪਰ ਜੋ ਵੀ SKM ਨੇ ਡਿਸਾਈਡ ਇਹ ਕੀਤਾ ਵੀ ਜਿਹੜਾ ਵੀ ਉਸ ਕੰਸਟੀਟੂਐਂਸੀ 'ਚ ਸਟਰੋਂਗ ਕੈਂਡੀਡੇਟ ਲੱਗਦਾ ਲੋਕਾਂ ਨੂੰ, ਉਹਦੇ ਵੱਲ ਵੋਟ ਪਾਓ ਤਾਂ ਕਿ ਬੀਜੇਪੀ ਨੂੰ ਹਰਾ ਸਕੀਏ। ਇਹ ਨਾ ਹੋਵੇ ਵੀ ਆਪਾਂ ਵੰਡੇ ਜਾਈਏ ਤਾਂ ਵੰਡ ਕੇ ਫਿਰ ਦੁਬਾਰਾ ਬੀਜੇਪੀ ਉਹਦਾ ਬੈਨੀਫਿਟ ਲੈ ਜੇ। ਕੋਈ ਵੀ ਸਟਰੋਂਗ ਕੈਂਡੀਡੇਟ ਆ, ਕਿਸੇ ਵੀ ਪਾਰਟੀ ਦਾ ਹੋ ਸਕਦਾ, ਉਹਨੂੰ ਉਹਦੇ ਵੱਲ ਖੜ ਕੇ ਉਹਨੂੰ ਵੋਟ ਕਰੋ। ਕਿਸੇ ਇੱਕ ਪਾਰਟੀ ਨਾਲ ਨਹੀਂ ਖੜਨਾ? ਨਹੀਂ, ਕਿਸੇ ਇੱਕ ਪਾਰਟੀ ਨਾਲ ਨਹੀਂ। ਕੁੱਲ ਮਿਲਾ ਕੇ ਏਜੰਡਾ ਬੀਜੇਪੀ ਨੂੰ ਹਰਾਉਣਾ ਹੈ, ਸਾਹਮਣੇ ਜਿਹੜਾ ਵੀ ਜਿੱਦਾਂ ਲੱਗਦਾ ਉਹਨੂੰ ਜਿਤਾ ਦਿਓ। ਦੇਖੋ, ਸਾਡਾ ਏਜੰਡਾ ਤਾਂ ਪੰਜਾਬ ਨੂੰ, ਕਿਸਾਨ ਨੂੰ, ਮਜ਼ਦੂਰ ਨੂੰ, ਉਹਨਾਂ ਨੂੰ ਬਚਾਉਣਾ ਹੈ। ਸੋ ਉਹਦੇ ਲਈ ਜਿਹੜੇ ਜਿਹੜੇ ਸਾਨੂੰ ਸਟੈਪ ਲੈਣੇ ਪੈਣਗੇ ਉਹ ਅਸੀਂ ਲਵਾਂਗੇ। ਪਰ ਇਸ ਤੋਂ ਪਹਿਲਾਂ ਜਦੋਂ ਕਿਸਾਨ ਬੀਜੇਪੀ ਆਗੂਆਂ ਦਾ ਵਿਰੋਧ ਕਰਦੇ ਸੀ, ਉਸ ਵਿਰੋਧ ਦੇ ਦੌਰਾਨ ਕਈ ਘਟਨਾਵਾਂ ਵੀ ਵਾਪਰ ਗਈਆਂ। ਕੀ ਰਣਨੀਤੀ ਇਕੱਲੇ ਸਵਾਲ ਪੁੱਛਣ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਸਵਾਲ ਪੁੱਛਣੇ ਆ, ਸਵਾਲ ਪੁੱਛਣ ਤੱਕ ਹੈ ਜਾਂ ਘਿਰਾਓ ਤੱਕ ਹੈ, ਕਿਸ ਤਰ੍ਹਾਂ ਦਾ ਵਿਰੋਧ ਕੀਤਾ ਜਾ ਸਕਦਾ? ਕਿਉਂਕਿ ਪਹਿਲਾਂ ਜਿਸ ਤਰ੍ਹਾਂ ਦਾ ਵਿਰੋਧ ਸਾਹਮਣੇ ਆਇਆ, ਉਹ ਕੁਝ ਐਸੀਆਂ ਘਟਨਾਵਾਂ ਸਾਹਮਣੇ ਆਈਆਂ ਕਿ ਕਈ ਆਗੂਆਂ ਦੇ ਕੱਪੜੇ ਤੱਕ ਪਾੜਤੇ ਗਏ ਸੀ। ਦੇਖੋ, ਪਹਿਲੀ ਗੱਲ ਤਾਂ ਉਹੀ ਅਸੀਂ ਉਹ ਜਿਹੜਾ ਟਕਰਾਅ ਦੀ ਸਥਿਤੀ ਹੈ ਉਹਦੇ ਤੋਂ ਨੌਜਵਾਨਾਂ ਨੂੰ ਖਾਸ ਕਰ ਬਚਾ ਕੇ ਰੱਖਣਾ, ਕਿਉਂਕਿ ਬਾਅਦ ਦੇ ਵਿੱਚ ਬੜਾ ਕੁਛ ਭੁਗਤਣਾ ਪੈਂਦਾ, ਕਈਆਂ ਨੇ ਬਾਹਰ ਜਾਣਾ ਹੁੰਦਾ, ਉਹ ਹੁੰਦਾ। ਉਹ ਤਾਂ ਹੀ ਅੱਜ SKM ਨੇ ਅਨਾਊਂਸ ਕੀਤਾ ਵੀ ਕਿਸੇ ਵੀ ਤਰ੍ਹਾਂ ਦੇ ਆਪਾਂ ਟਕਰਾਅ ਦੇ ਵਿੱਚ ਨਹੀਂ ਪੈਣਾ।
ਆਪਾਂ ਇੱਕ ਸਿੰਬੋਲਿਕ ਵਿਰੋਧ ਕਰਨਾ, ਆਪਣੀ ਮੁੱਦਿਆਂ ਦੀ ਲੜਾਈ ਹੈ, ਕਿਸੇ ਨਾਲ ਪਰਸਨਲ ਗ੍ਰਜਿਸ ਨਹੀਂ ਸਾਡੇ ਜਾਂ ਸਾਡੀ ਕੋਈ ਪਰਸਨਲ ਲੜਾਈ ਨਹੀਂ, ਮੁੱਦਿਆਂ ਦੀ ਲੜਾਈ ਹੈ। ਮੁੱਦੇ ਲੈ ਕੇ ਉਹਨਾਂ ਅੱਗੇ ਜਾਵਾਂਗੇ, ਉਹਨਾਂ ਪੈਂਫਲੇਟ ਵੰਡਾਂਗੇ, ਤਾਂ ਕਿ ਜੇ ਆਮ ਲੋਕਾਂ ਨੂੰ ਜਾਗਰੂਕ ਕਰਨਾ ਸਾਡਾ ਮਕਸਦ ਹੈ। ਉਹੀ ਮੈਂ ਕਹਿ ਰਿਹਾ ਵੀ ਵੋਟ ਦੀ ਚੋਟ ਲਾਵਾਂਗੇ, ਨਾ ਹੀ ਕੋਈ ਅਸੀਂ ਕੋਈ ਘਰਾਓ ਕਰਨਾ, ਨਾ ਇਹੋ ਜਿਹਾ ਕੁਛ ਵੀ ਨਹੀਂ ਕਰੂਗੀ। ਰਵਨੀਤ ਜੀ, ਬੀਜੇਪੀ ਦੇ ਖਿਲਾਫ ਇੱਕ ਤਰ੍ਹਾਂ ਦਾ ਹੁਣ ਮੀਟਿੰਗ ਹੋਈ ਹੈ, ਬੀਜੇਪੀ ਦੇ ਖਿਲਾਫ ਕਿਸ ਏਜੰਡੇ ਤੇ ਕੰਮ ਕਰਨਾ ਉਹ ਰਣਨੀਤੀ ਬਣਾਈ ਗਈ ਹੈ, ਪਰ ਕੁਝ ਦਿਨ ਪਹਿਲਾਂ ਕੁਝ ਖਬਰਾਂ ਆ ਰਹੀਆਂ ਸੀ ਕਿ ਰਵਨੀਤ ਸਿੰਘ ਬਰਾੜ ਜਿਹੜੇ ਅੱਜ ਇਸ ਮੀਟਿੰਗ ਦੀ ਪ੍ਰਧਾਨਗੀ ਮੰਡਲ ਸੀ, ਕਹਿੰਦੇ ਬੀਜੇਪੀ ਵਾਲੇ ਪਾਸੇ ਜਾਣ ਦੀ ਤਿਆਰੀ ਸੀ। ਦੇਖੋ ਨਪਿੰਦਰ, ਜਦੋਂ ਆਪਾਂ ਘਰ ਤੋਂ ਬਾਹਰ ਨਿਕਲਦੇ ਹਾਂ ਨਾ, ਉਦੋਂ ਫਿਰ ਤੁਹਾਡੇ 'ਤੇ ਅਫਵਾਹਾਂ ਤੌਮਤਾਂ ਬੜਾ ਕੁਛ ਲੱਗਦਾ। ਜਦੋਂ ਤੁਹਾਡੇ ਪ੍ਰਤੀ ਕੋਈ ਚੀਜ਼ ਹੋਰ ਨਾ ਮਿਲੇ, ਫਿਰ ਇਹੋ ਜਿਹੀਆਂ ਅਫਵਾਹਾਂ ਫੈਲਾ ਕੇ ਜੇ ਕੋਈ ਕੱਦਵਾਰ ਲੀਡਰ ਹੈ ਜਾਂ ਕੋਈ ਅਸੀਂ ਕਿਸਾਨੀ ਦੀ ਸੇਵਾ ਕਰ ਰਹੇ ਹਾਂ, ਸੋ ਸਾਡੀ ਛਵੀ ਨੂੰ ਢਾਲ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਸਮੇਂ ਸਮੇਂ 'ਤੇ ਕੀਤੀ ਜਾਂਦੀ ਹੈ। ਪਹਿਲੀ ਵਾਰ ਨਹੀਂ ਹੋਇਆ, ਪਹਿਲਾਂ ਵੀ ਬੜੇ ਵਾਰੀ ਸਾਨੂੰ ਕਿਹਾ ਗਿਆ ਵੀ ਇਹ ਇਸ ਪਾਰਟੀ ਸ਼ਾਮਿਲ ਹੋ ਰਹੇ ਆ, ਇਹ ਹੋ ਰਿਹਾ। ਜਦੋਂ ਇੱਕ ਬੀਜੇਪੀ ਪਾਰਟੀ ਉਹ ਪਾਰਟੀ ਜਿਹਦੇ ਕਿਸਾਨ ਵਿਰੋਧ ਚ ਲੜਦੇ ਰਹੇ, ਹੁਣ ਸਵਾ ਸਾਲ ਲੰਬਾ ਅੰਦੋਲਨ ਕੀਤਾ ਹੋਵੇ ਤੇ ਇੱਕ ਕਿਸਾਨ ਆਗੂ ਦੇ ਬੀਜੇਪੀ ਆਗੂਆਂ ਦੇ ਸੰਪਰਕ ਚ ਹੋਣ ਦੀਆਂ ਗੱਲਾਂ ਬਾਹਰ ਆਉਣ, ਤਾਂ ਕਿਤੇ ਨਾ ਕਿਤੇ ਚਰਚਾਵਾਂ ਤਾਂ ਫਿਰ ਛਿੜਦੀਆਂ ਨੇ। ਬਿਲਕੁਲ ਛਿੜਦੀਆਂ, ਇਹੀ ਤਾਂ ਮੈਂ ਕਹਿ ਰਿਹਾ ਵੀ ਸਾਡੀ ਜਿਹੜੀ ਛਵੀ ਹੈ, ਜਿਹੜੀ ਅਸੀਂ ਇੱਕ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਬੁਲੰਦ ਕਰਨ ਦੀ ਛਵੀ ਬਣਾਈ ਹੈ, ਉਹਨੂੰ ਠੇਸ ਲਾਉਣ ਦੀ ਬਹੁਤ ਵੱਡੀ ਸਾਜਿਸ਼ ਸੀ। ਮਾੜੀ ਮੋਟੀ ਗੱਲਬਾਤ ਹੋਈ ਸੀ ਕੋਈ? ਨਹੀਂ, ਬਿਲਕੁਲ ਨਹੀਂ, ਇਹ ਸਾਜਿਸ਼ ਹੁੰਦੀ ਰਹੂਗੀ, ਇਹ ਇਕੱਲੇ ਮੇਰੇ ਤੇ ਨਹੀਂ ਹੋਊਗੀ, ਇਹ ਬੜੇ ਲੀਡਰਾਂ ਦੇ ਪੋਸਟਰ ਬਣਾ ਬਣਾ। ਦੇਖੋ ਕਰਨਾ ਕੀ ਹੈ, ਇੱਕ ਪਾਸੇ ਫੋਟੋ ਲਾਈ, ਦੂਜੇ ਪਾਸੇ ਝੰਡਾ ਲਾ ਕੇ ਤੇ ਉਹ ਪੋਸਟਰ ਰਿਲੀਜ਼ ਕਰਤਾ, ਅਫਵਾਹ ਫੈਲਾਤੀ। ਸੋ ਇਹੋ ਜਿਹੀਆਂ ਅਫਵਾਹਾਂ ਬਹੁਤ ਫੈਲਾਉਣਗੇ, ਡਰਾਉਂਦੇ ਆ, ਧਮਕਾਉਂਦੇ ਆ ਸਮੇਂ ਸਮੇਂ ਤੇ ਸਾਡੇ ਲੀਡਰਾਂ ਨੂੰ, ਇਹ ਚੱਲਦਾ ਰਹਿੰਦਾ, ਇਹ ਪਾਰਟ ਆਫ ਲਾਈਫ ਹੈ। ਅੱਗੇ ਐਸਕੇਐਮ ਚੋਣ ਮੈਦਾਨ 'ਚ ਨਿਤਰਿਆ ਸੀ, ਤਾਂ ਐਸਕੇਐਮ ਬੀਜੇਪੀ ਆਗੂਆਂ ਦਾ ਵਿਰੋਧ ਤਾਂ ਕਰ ਰਿਹਾ, ਵਿਨਿੰਗ ਕੈਂਡੀਡੇਟ ਨੂੰ ਵੋਟ ਪਾ ਦਿਓ, ਇਹ ਵੀ ਕਹਿ ਰਿਹਾ ਕਿ ਐਤਕੀ ਫਿਰ ਤੋਂ ਵਿਧਾਨ ਸਭਾ ਸੀ ਉਦੋਂ, ਹੁਣ ਲੋਕ ਸਭਾ ਚੋਣਾਂ 'ਚ ਮੈਦਾਨ 'ਚ ਨਿਤਰਨ ਦਾ ਕੋਈ ਇਰਾਦਾ ਹੈ ਕਿਸਾਨ ਜਥੇਬੰਦੀਆਂ ਦਾ? ਨਹੀਂ, ਬਿਲਕੁਲ ਨਹੀਂ। ਦੇਖੋ ਅਸੀਂ ਪਹਿਲਾਂ ਕਿਉਂ ਨਿਤਰੇ ਸੀ ਮੈਦਾਨ ਦੇ, ਵੀ ਪਹਿਲਾਂ ਇਸੇ ਲਈ ਨਿਤਰੇ ਸੀ ਵੀ ਆਮ ਲੋਕਾਂ ਨੇ ਸਾਨੂੰ ਕਿਹਾ ਸੀ ਵੀ ਆਪਾਂ ਆਵਾਜ਼ ਬੁਲੰਦ ਕਰੀਏ, ਜਿਹੜੀਆਂ ਰਵਾਇਤੀ ਪਾਰਟੀਆਂ ਉਹਨਾਂ ਤੋਂ ਅਸੀਂ ਦੁਖੀ ਹੋ ਚੁੱਕੇ ਹਾਂ। ਚਲੋ ਉਹਨਾਂ ਨੇ ਬਦਲਾਵ ਚੁਣਿਆ ਅਤੇ ਜਿਹੜਾ ਕੁਛ ਬਦਲਾਵ ਦੇ ਵਿੱਚ ਹੋ ਰਿਹਾ ਉਹ ਲੋਕਾਂ ਨੂੰ ਭਲੀ ਬੇਨਤੀ ਜਾਣੂ ਹੈ। ਸੋ ਸਾਡਾ ਮਕਸਦ ਨਹੀਂ, ਸਾਡਾ ਮਕਸਦ ਤਾਂ ਪੰਜਾਬ, ਪੰਜਾਬੀਅਤ ਤੇ ਆਮ ਲੋਕਾਂ ਦੀ ਸੇਵਾ ਕਰਨੀ ਹੈ, ਉਹ ਅਸੀਂ ਜਿਹੜੇ ਵੀ ਤਰੀਕੇ ਨਾਲ ਸਾਨੂੰ ਲੋਕ ਕਹਿਣਗੇ ਉਹ ਕਰਦੇ ਰਵਾਂਗੇ। ਯਾਨੀ ਉਹ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਆਏ ਉਹਨਾਂ ਨੂੰ ਲੈ ਕੇ ਮਨ ਖੱਟਾ ਪੈ ਗਿਆ, ਹੁਣ ਚੋਣ ਮੈਦਾਨ 'ਚ ਨਹੀਂ ਜਾਣਾ? ਨਹੀਂ, ਦੇਖੋ ਜਦੋਂ ਆਪਾਂ ਭੱਜਦੇ ਹਾਂ ਤਾਂ ਵਾਹਨ ਇੱਕੋ ਜਿਹੇ ਹੁੰਦੇ ਆ, ਇਹਦੇ 'ਚ ਕੋਈ ਅੱਗੇ ਵੀ ਲੰਘ ਜਾਂਦਾ, ਕੋਈ ਪਿੱਛੇ ਵੀ ਰਹਿ ਜਾਂਦਾ। ਦੂਜੀ ਗੱਲ, ਅਸੀਂ ਕਿਹੜਾ ਪੋਲੀਟੀਕਲ ਘਰਾਣਿਆਂ 'ਚੋਂ ਸੀ, ਸਾਡੇ ਕੋਲ ਕਿਹੜਾ ਬਹੁਤ ਵੱਡੇ ਫੰਡ ਸੀ, ਅਸੀਂ ਤਾਂ ਮਸਾਂ ਪੋਸਟਰ ਵੀ ਨਹੀਂ ਲੱਗੇ ਸੀ ਸਾਡੇ ਤੋਂ ਤਾਂ ਪਿੰਡਾਂ ਦੇ ਵਿੱਚ। ਸੋ ਇਹੋ ਜਿਹਾ ਕੁਛ ਹੁੰਦਾ ਰਹਿੰਦਾ, ਇਹ ਪਾਰਟ ਆਫ ਲਾਈਫ ਹੈ। ਅਤੇ ਦੇਖੋ ਜਿਹੜੇ ਲੋਕ ਲੜਦੇ ਆ, ਜੂਝਦੇ, ਜਿਹੜੇ ਜੁਝਾਰੂ ਲੋਕ ਹੈ, ਉਹਨਾਂ ਦੀ ਜਿੱਤ ਹਮੇਸ਼ਾ ਹੁੰਦੀ ਹੈ, ਉਹਦਾ ਰੂਪ ਕਈ ਵਾਰੀ ਅਲੱਗ ਅਲੱਗ ਹੁੰਦਾ। ਤਾਂ ਕਿਸਾਨ ਆਗੂ ਹੁਣ ਖੁਦ ਰਾਜਨੀਤੀ ਦੇ ਵਿੱਚ ਨਹੀਂ ਜਾਣਗੇ, ਖੁਦ ਰਾਜਨੀਤਿਕ ਲੜਾਈ ਨਹੀਂ ਲੜਨਗੇ, ਪਰ ਰਾਜਨੀਤੀ ਜਾਂ ਰਣਨੀਤੀ ਜ਼ਰੂਰ ਤਿਆਰ ਕਰ ਲਈ ਹੈ। ਕਹਿੰਦੇ ਨੇ ਕਿ ਬੀਜੇਪੀ ਆਗੂਆਂ ਦਾ ਵਿਰੋਧ ਕਰਨਾ ਅਤੇ ਲੋਕਾਂ ਨੂੰ ਸੁਣਿਆ ਕਿ ਉਸ ਉਮੀਦਵਾਰ ਨੂੰ ਵੋਟ ਪਾ ਦਿਓ ਜਿਹੜਾ ਤੁਹਾਨੂੰ ਜੇਤੂ ਲੱਗਦਾ, ਤਾਂ ਕਿ ਬੀਜੇਪੀ ਉਮੀਦਵਾਰ ਨੂੰ ਹਰਾਇਆ ਜਾ ਸਕੇ ਅਤੇ ਦੱਸਿਆ ਜਾ ਸਕੇ ਕਿ ਕਿਸਾਨਾਂ ਦੀ ਤਾਕਤ ਕੀ ਹੁੰਦੀ ਆ। ਫਿਲਹਾਲ ਬੀਜੇਪੀ ਦੇ ਖਿਲਾਫ ਯਾਨੀ ਕੇਂਦਰ ਦੇ ਖਿਲਾਫ ਕਿਸਾਨਾਂ ਦੀ ਰਣਨੀਤੀ ਘੜੀ ਜਾ ਰਹੀ ਹੈ।